ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਫੇਰੀ ਤੋਂ ਪਹਿਲਾਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਬੱਬੇਹਾਲੀ ਗੁਰਦਾਸਪੁਰ ਰੋਡ ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਥਿਤੀ ਤੇ ਕਾਬੂ ਪਾਉਣ ਅਤੇ ਕਿਸਾਨਾਂ ਨੂੰ ਰੋਕਣ ਦੇ ਲਈ ਭਾਰੀ ਪੁਲਿਸ ਫੋਰਸ ਤੈਨਾਤ ਸੀ, ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ। ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ, ਕਿਸਾਨ ਉਸੇ ਜਗ੍ਹਾ ਤੇ ਧਰਨਾ ਪ੍ਰਦਰਸ਼ਨ ਕਰਨ ਲੱਗ ਗਏ। ਕਿਸਾਨਾਂ ਨੇ ਭਾਜਪਾ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਜਿਹੜੀ ਮੋਦੀ ਸਰਕਾਰ ਨੇ 13 ਮਹੀਨੇ ਸਾਡੇ 'ਤੇ ਜ਼ੁਲਮ ਉਠਾਇਆ ਦਿੱਲੀ 'ਚ, ਅਤੇ ਅੱਜ ਇਹ ਪੰਜਾਬ 'ਚ ਵੋਟਾਂ ਮੰਗਣ ਆਇਆ, ਇਹਦਾ ਇਹ ਜਵਾਬ ਆ ਵੀ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਆਏ ਆ ਬੀਜੇਪੀ ਵਾਲੇ। ਇਹਨਾਂ ਦਾ ਵੋਟ ਦਾ ਹੱਕ ਬਣਦਾ ਹੀ ਨਹੀਂ। ਜਿਹੜੇ ਇੱਥੇ ਪੰਜਾਬ ਦੇ ਰਹਿਣ ਵਾਲੇ ਲੋਕ ਜਿਹੜੇ ਇੱਥੇ ਇਹਨਾਂ ਨੂੰ ਬੁਲਾ ਰਹੇ ਆ, ਇਹਨਾਂ ਦੀਆਂ ਰੈਲੀਆਂ ਕਰਾ ਰਹੇ ਆ, ਉਹਨਾਂ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜਿਹੜੇ 750 ਉੱਥੇ ਕਿਸਾਨ ਸ਼ਹੀਦ ਹੋਇਆ 13 ਮਹੀਨੇ ਸੜਕਾਂ 'ਤੇ ਬਹਿ ਕੇ, ਉਹਨਾਂ ਦਾ ਕੀ ਕਸੂਰ ਹੀ। ਜੇ ਜਿਹੜਾ ਸਾਡਾ ਵੀਰ ਸ਼ੁਭਕਰਨ ਜਿਹਨੂੰ ਸਿਰ 'ਚ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ, ਇਹ ਆਪਣੇ ਬਾਰਡਰ 'ਤੇ ਸ਼ੰਭੂ ਵਾਲੇ ਬਾਰਡਰ 'ਤੇ, ਉਹਦਾ ਕੀ ਕਸੂਰ ਹੀ। ਇਹ ਸਾਰੀਆਂ ਜਿਹੜੇ ਇਸ਼ੂ ਆ ਸਾਡੇ, ਜੇ ਸਾਡੇ MSP ਦਾ ਇਸ਼ੂ ਆ ਅਤੇ ਉਹ ਆਪਣੀ ਫਸਲ ਦਾ ਅਸੀਂ ਰੇਟ ਮੰਗਦੇ ਹਾਂ, ਅਸੀਂ ਇਹਨਾਂ ਕੋਈ ਵਾਧੂ ਪੈਸੇ ਨਹੀਂ ਮੰਗਦੇ ਵੀ ਸਾਨੂੰ ਕੋਈ ਵਾਧੂ ਪੈਸੇ ਦੇ ਦਿਓ ਅਤੇ ਸਾਨੂੰ ਫਸਲ ਦੇ ਜ਼ਿਆਦਾ ਚਾਹੀਦੇ। ਅਸੀਂ MSP ਦੀ ਸਹੀ ਗਰੰਟੀ ਮੰਗਦੇ ਵੀ ਜੇ 2200 ਰੁਪਈਆ ਰੇਟ ਆ ਅਤੇ ਉਹਦੀ 2200 ਰੁਪਈਏ ਦੀ ਗਰੰਟੀ ਹੋਣੀ ਚਾਹੀਦੀ ਆ। ਜੇ ਗੋਭੀ 15 ਰੁਪਈਏ ਰੇਟ ਆ ਅਤੇ ਉਹਦਾ 15 ਰੁਪਈਏ ਵਿਕਣੀ ਚਾਹੀਦੀ ਆ। ਜੇ ਗੋਭੀ ਦਾ 15 ਰੁਪਈਏ ਰੇਟ ਆ ਤਾਂ ਵਿਕਦੀ 2 ਰੁਪਈਏ ਜਾਂ 4 ਰੁਪਈਏ ਆ। ਇਹ ਸਾਡੀਆਂ ਜਿਹੜੀਆਂ ਮੰਗਾਂ ਵਾ, ਸਾਡੇ ਇਸ਼ੂ ਆ, ਇਹਨਾਂ ਦੇ ਸੰਬੰਧਾਂ ਵਿੱਚ ਜਿਹੜਾ BJP ਸਰਕਾਰ ਨੇ, ਮੋਦੀ ਸਰਕਾਰ ਨੇ ਸਾਡੇ 'ਤੇ ਜਿਹੜਾ ਜ਼ੁਲਮ ਕੀਤਾ, ਉਹ ਜ਼ੁਲਮ ਦਾ ਅੱਜ ਵਿਰੋਧ ਆ। ਚਲੋ ਪ੍ਰਸ਼ਾਸਨ ਦਾ ਜਿਹੜਾ ਉਹਨਾਂ ਦਾ ਤਰੀਕਾ ਆਪਣਾ ਹੁੰਦਾ ਵੀ ਅਸੀਂ ਲੋਨ ਐਡਰ ਜਿਹੜਾ ਉਹਨੂੰ ਮੇਨਟੇਨ ਰੱਖਣਾ, ਪਰ ਸਾਡਾ ਇਹ ਆ ਵੀ ਅਸੀਂ ਆਪਣਾ ਵਿਰੋਧ ਕਰਾਂਗੇ। BJP ਦਾ ਜਿੱਥੇ ਵੀ ਪ੍ਰਧਾਨ ਮੰਤਰੀ ਜਾਊਗਾ, ਜਿੱਥੇ ਵੀ BJP ਦਾ ਕੈਂਡੀਡੇਟ ਜਾਊਗਾ, ਕੋਈ ਵੀ ਜ਼ਿਲ੍ਹੇ ਦੇ ਵਿੱਚ ਕੈਂਡੀਡੇਟ ਜਾਊ ਜਾਂ ਕੋਈ ਵੀ ਹਲਕੇ ਜਾਊਗਾ, ਉਹਦਾ ਕੈਂਡੀਡੇਟ ਦਾ ਵਿਰੋਧ ਕਰਾਂਗੇ। ਅਤੇ ਪ੍ਰਧਾਨ ਮੰਤਰੀ ਦਾ ਅੱਜ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਡਾ ਵਿਰੋਧ ਕੀਤਾ ਜਾਊਗਾ। ਟੋਟਲ ਜਿਹੜੇ ਜਾਗਦੇ ਜ਼ਮੀਰ ਵਾਲੇ ਲੋਕ ਆ, ਆਪਣੇ ਘਰਾਂ 'ਚ ਬੈਠੇ ਆ ਜਾਂ ਉਹ ਘਰਾਂ ਤੋਂ ਬਾਹਰ ਬੈਠੇ ਆ, ਉਹਨਾਂ ਨੂੰ ਇਹੋ ਅਪੀਲ ਆ ਕਿ ਇਹਨਾਂ ਨੂੰ ਵੋਟ ਪਾ ਕੇ, ਬਿਲਕੁਲ ਇਹਨਾਂ ਨੂੰ ਵੋਟ ਨਾ ਪਾਇਓ। ਜੇ ਤੁਸੀਂ ਇਹਨਾਂ ਨੂੰ ਵੋਟ ਪਾਈ ਤਾਂ ਸਮਝ ਲਓ ਤੁਸੀਂ ਉਹ ਸਾਡੇ 700 ਕਿਸਾਨ ਜਿਹੜੇ ਉਹਨਾਂ ਦੀ ਜਿਹੜੀ ਸ਼ਹੀਦੀ ਆ ਜਿਹੜੀ ਆ ਉਹਨਾਂ ਦੀ ਛਾਤੀ ਦੇ ਉੱਤੇ ਚੜ੍ਹ ਕੇ ਤੁਸੀਂ ਵੋਟ ਪਾਓਗੇ। ਇਹ ਜਿਹੜਾ ਕਿ ਆਪਣੇ ਕਿਸਾਨ ਵੀਰਾਂ ਦੇ ਇਹਨਾਂ 'ਤੇ ਧਿਆਨ ਜ਼ਰੂਰ ਰੱਖਿਓ। ਵੇਖੋ ਸਾਨੂੰ ਇੱਥੇ ਰੋਕਿਆ ਗਿਆ ਵਾ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਲੋਨ ਐਡਰ ਜਿਹੜਾ ਵਾ ਮੇਨਟੇਨ ਕਰਨਾ, ਅਸੀਂ ਅੱਗੇ ਤੁਹਾਨੂੰ ਨਹੀਂ ਜਾਣ ਦੇਵਾਂਗੇ। ਚਲੋ ਸਾਡੀ ਇਹਦੇ ਵਿੱਚ ਕੋਈ ਪ੍ਰਸ਼ਾਸਨ ਨਾਲ ਲੜਾਈ ਨਹੀਂ ਆ, ਕੋਈ ਸਾਡਾ ਪ੍ਰਸ਼ਾਸਨ ਨਾਲ ਕੋਈ ਝਗੜਾ ਨਹੀਂ ਗਾ। ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲਣ ਦੀ ਆ ਵੀ ਸਾਨੂੰ ਮਾਰਚ ਕਰਨ ਦਿੱਤਾ ਜਾਵੇ, ਸਾਨੂੰ ਮੋਦੀ ਤੱਕ ਪਹੁੰਚਣ ਦਿੱਤਾ ਜਾਵੇ ਜਿੱਥੇ ਉਹਨਾਂ ਦੀ ਰੈਲੀ ਆ। ਬਾਕੀ ਪ੍ਰਸ਼ਾਸਨ ਵਾਲੇ ਅੱਗੇ ਸਾਡੇ ਨਾਲ ਕੀ ਕੋਪਰੇਟ ਕਰਦੇ ਆ ਉਹ ਬਾਅਦ ਦੀ ਗੱਲ ਆ, ਪਰ ਸਾਡਾ ਵਿਰੋਧ ਜਿਹੜਾ ਵਾ ਅੱਜ ਵੀ ਜਿਹੜਾ ਅਸੀਂ ਵਿਰੋਧ ਆਪਣਾ ਸੜਕ 'ਤੇ ਆ ਗਏ ਹਾਂ। ਇੱਥੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਕਾਲੇ ਝੰਡੇ ਦਿਖਾ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ। ਮੇਰਾ ਨਾਂ ਜੀ ਬਲਵਿੰਦਰ ਸਿੰਘ ਰਾਜੂ, ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਮੈਂ ਪ੍ਰੈਜੀਡੈਂਟ ਹਾਂ ਪੰਜਾਬ ਦਾ। ਕਸ਼ਮੀਰ ਸਿੰਘ ਤੁਗਲਵਾਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਸਰਪ੍ਰਸਤ ਹਾਂ। ਅੱਜ ਅਸੀਂ ਆਏ ਹਾਂ ਮੋਦੀ ਦੇ ਵਿਰੋਧ ਵਿੱਚ, ਕਿਉਂਕਿ ਜੇ ਪ੍ਰਧਾਨ ਮੰਤਰੀ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਅੱਜ 15-15, 20-20 ਕਿਲੋਮੀਟਰ ਦਾ ਘੇਰਾ ਲਾਇਆ ਅਤੇ ਪੈਰਾਮਿਲਟਰੀ ਫੋਰਸ ਲਾਈ ਆ, ਪੰਜਾਬ ਪੁਲਿਸ ਵੀ ਨਾਗੇ ਨਹੀਂ ਆਉਣ ਦਿੱਤੀ, ਇੰਨੀ ਫੋਰਸ ਲਾ ਕੇ ਉੱਥੋਂ ਰਾਜਸਥਾਨ 'ਚੋਂ ਫੋਰਸ ਲੈ ਕੇ ਆਏ ਆ। ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਪ੍ਰਧਾਨ ਮੰਤਰੀ ਦਾ ਅਸੀਂ ਸਵਾਗਤ ਕਰਦੇ, ਜੇ ਇਹਨੇ ਕਿਤੇ ਚੰਗੇ ਕੰਮ ਕੀਤੇ ਹੁੰਦੇ। ਇਹਨੇ ਮਾੜੇ ਕਰਮ ਕੀਤੇ, ਮਾੜਾ ਬੀਜ ਬੀਜਿਆ, ਝੂਠ ਬੋਲ ਕੇ ਸਰਕਾਰ ਬਣਾਈ ਆ ਅਤੇ ਰੱਜ ਕੇ ਕਿਸਾਨਾਂ ਨੂੰ ਕੁੱਟਿਆ। ਇਸ ਕਰਕੇ ਤਾਂ ਕਰਕੇ ਅਸੀਂ ਪ੍ਰਧਾਨ ਉਹਨਾਂ ਨੇ ਸਾਡਿਆਂ ਨੇ ਦੱਸਿਆ ਕਿ 750 ਕਿਸਾਨ ਸ਼ਹੀਦ ਕਰਾਇਆ ਇਹਨਾਂ ਨੇ। ਹੁਣ ਜਿਹੜਾ ਸਾਡੇ ਨਾਲ ਇਹਨਾਂ ਨੇ ਨੇਕੀ ਕੀਤੀ ਆ,
ਕਿ ਅਸੀਂ ਦਿੱਲੀ ਆਪਣੀ ਰਾਜਧਾਨੀ 'ਤੇ ਜਾ ਰਹੇ ਸੀ ਅਤੇ ਰਾਹ 'ਚ ਕਿੱਲ ਗੱਡੇ ਆ, 400 ਕਿਸਾਨ ਸਾਡਾ ਕਿਸੇ ਦੀ ਅੱਖ ਕੱਢ ਦਿੱਤੀ ਆ, ਕਿਸੇ ਦੇ ਲੱਤ ਤੋੜ ਦਿੱਤੀ ਆ, ਕਿਸੇ ਦਾ ਸਿਰ ਡੈਮੇਜ ਕਰ ਦਿੱਤਾ, ਕੁਝ ਸਾਡੇ ਗੋਲੀ ਮਾਰ ਕੇ ਸ਼ਹੀਦ ਵੀ ਕਰ ਦਿੱਤਾ ਕਿਸਾਨ। ਇਹ ਕਰਕੇ ਅਸੀਂ ਉਹਦੇ ਸੰਬੰਧ ਵਿੱਚ ਇਹਨੂੰ ਕਾਲੀਆਂ ਝੰਡੀਆਂ ਇਹਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਕਰਨਾ ਤਾਂ ਸਵਾਗਤ ਹੀ, ਜੇਕਰ ਚੰਗਾ ਹੁੰਦਾ। ਇਹਨੇ ਆਪਣਾ ਮਾੜੇ ਕਰਮ ਬੀਜੇ ਆ ਅਤੇ ਉਹਦੇ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਸਾਨੂੰ ਰੋਕਿਆ ਗਿਆ ਜੀ, ਇਹ ਕਰਕੇ ਅਸੀਂ ਰੁਕ ਗਏ ਹਾਂ ਜਿੱਥੇ ਪ੍ਰਸ਼ਾਸਨ ਨੇ ਸਾਨੂੰ ਰੋਕਿਆ। ਫਿਰ ਸਾਡੇ ਪ੍ਰਧਾਨ ਦੀ ਗੱਲਬਾਤ ਚੱਲ ਰਹੀ ਆ, ਜੇ ਜਾਣ ਦੇਣਗੇ ਤਾਂ ਅਸੀਂ ਜਾਵਾਂਗੇ, ਪਰ ਸਾਡਾ ਵਿਰੋਧ ਉੱਦਾਂ ਹੀ ਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਡੀ ਵੱਡੀ ਸ਼ਕਤੀ ਆ, ਤਪੋ ਰਾਜ ਅਤੇ ਰਾਜੋ ਨਰਕ, ਕਿਉਂਕਿ ਤਪ ਕੀਤਾ ਇਹ ਪੁਰਾਣੇ ਜ਼ਮਾਨੇ 'ਚ, ਇਹਨੂੰ ਰਾਜ ਮਿਲ ਗਿਆ, ਹੁਣ ਇਹਨੇ ਨਰਕਾਂ ਦੇ ਭਾਗੀ ਬਣਨਾ। ਇੰਨੀਆਂ ਦੁਨੀਆਂ ਦੀਆਂ ਬਦਵਾਵਾਂ ਇਹਨੂੰ ਲੱਗਣੀਆਂ, ਜਿੰਨਾ ਇਹਨੇ ਬੀਬੀਆਂ ਰੰਡੀਆਂ ਕਰ ਦਿੱਤੀਆਂ, ਭੈਣਾਂ ਦੇ ਸੁਭਾਅ ਖੋਲ੍ਹੇ ਆ, ਬੁਰਾ ਹਾਲ ਬੌਂਕੇ ਦਿਹਾੜੇ ਨੇ ਕੀਤੇ ਆ। ਇਸ ਕਰਕੇ ਇਹਦਾ ਜਿਹੜਾ ਇਲਾਜ ਮਹਾਰਾਜ ਕਰੂਗਾ।